रोटी पाती देख लो कि चाह ही ना घट जे बथेरी है बबू। हाँ बेबे चापर ने पता छा किथे रखता तने बेबे तैनू हुण नहीं चापड़ दियोंदा वो तो मैं कल हारा ढकन लगी सी ओदे ही टुट गया जय खंड दा मेरे तो बेबे हाँ पुत आए कर दिया तांसले नहीं ढक दिने हारा हुण आ चको ठीक है पुत बेबे आ लाउणियां होर पाथियां ये च बस पुत होर नहीं लाउणियां पुत आ ता तो दंदी कल दा खोया कड्डा पे खराब हो जूगी ओ बेबे मैं इना च पानी ता पाया सी कड़ाही नु जर्जी वाली लगी पई है मां चला रोड़ा जा मार के साफ कर दूंगी मैं तो चक्की नहीं गई ना ता करके फिर मैं चक्की ने मां चला पी कर दूंगी कोई नहीं बेबे मैं कादे वास्ते हैं मैं आपे कर दूंगी देखी मैं ठीक है पुत नाले पुत खेत रोटी दिया मुंडे ने जाके तेनु पता किन्ना गर्म सुभा मुंडे दा बेबे गर्म सुभा ता हैगा हुन मैं घर दा काम करा को रोटी फड़ाउण जावा बाली ठंड है आपे आके खा लेंगे चल कोई ना पुत घर दा काम थोड़ा बता होगा मैं कर लूंगी तू अपना खेत जा ते रोटी फड़ा के मुंडियां दी थोड़े ना चार चार मार दूंगा मैं कन दी जड़ च है तड़के निकल जाने खेडन वास्ते थोनू ओदो पता लगना जदों एडी एडी नड़ियां बगन लग गईयां चल आए करो जा दादी कोल भाग जो रजाई च बह के रोटी खा लो रोटी दा टोक नगा ला ओदी तजाब बन जांदा आए कमेरा बंदा गा जां तां डंगरां च डंगर होए रहिंदा जां खेत च तुरिया फिरदा रहिंदा टब्बर दा भोरा ख्याल नहीं आए करदियां रोटी लैके जांदी आं छोटे नूं कहिंदी आं ਪਰ ਦਵਾਈ ਦਵਾ ਕੇ ਲਿਆ ਤੇਰੇ ਭਰਾ ਕੋਲ ਤਾਂ ਟਾਈਮ ਨਹੀਂ ਹੈਗਾ ਹਾਏ ਹਾਏ ਜੈ ਖਣ ਦਾ ਕਾਲ ਜਾ ਜਾ ਮੱਚੀ ਜਾਂਦਾ ਰਹਿੰਦਾ ਆਇਆ ਤਾਇਆ ਕਿਹਦਾ ਪੈਗੀ ਚੱਲ ਭਾਈ ਪੈਗੀ ਰੇ ਤਾਂ ਅੱਜ ਕੇ ਤੀਜਾ ਰੇ ਪਾਤਾ ਪਣੇ ਹਾਂ ਜੀ ਹਾਂ ਤੀਜਾ ਕਣਕ ਵੀ ਵਧੀਆ ਹੋਊਗੀ ਹਾਂ ਖੱਬੀ ਖਾਨ ਹੋ ਗਈ ਜੀ ਰੱਬ ਦਾ ਧੁੱਪ ਵੀ ਨੀ ਕੱਢਦਾ ਲੈ ਇਹਦੀ ਮਰਜ਼ੀ ਆ ਜੀ ਠੰਡੇ ਬਹੁਤ ਕਰਖੀ ਐਤਕੀ ਦਾ ਜੇ ਠੰਡ ਹੋ ਗਈ ਤਾਂ ਕਣਕਾਂ ਬਾਂਧਣਗੀਆਂ ਜੀ ਉਹ ਬਾਬਰੇ ਮਾਰੀ ਡਾਂਗ ਕਿੱਕਿਆਂ 'ਚ ਇਹਨਾਂ ਦੇ ਆਏ ਓਏ ਉਹ ਯਾਰ ਇੱਧਰ ਆਉਣੇ ਕਿਉਂ ਦਿੰਦਾ ਹੁਣੇ ਤੂੰ ਖਾਗਣਾ ਤੇਰਾ ਖੇਤ ਖਸਮਾ ਪਹਿਲਾਂ ਆਉਂਦਾ ਉੱਥੀ ਮੋੜ ਦਿਆ ਕਰਤਾ ਉਹ ਬਾਈ ਮੈਂ ਸਾਰੀ ਰਾਤ ਦਾ ਉਰੇ ਬੈਠੇ ਆ ਅੱਛਾ ਹੁਣ ਮੋੜ ਦੇ ਗਾਂ ਉੱਤੋਂ ਦੀ ਆ ਜਾਂਦੀਆਂ ਨੇ ਸਾਰੀਆਂ ਇਕੱਠੇ ਟੱਠੇ ਟੁੱਠੇ ਨੇ ਜਿਹੜੇ ਛੱਡ ਰੱਖੇ ਨੇ ਹਾਂ ਉੱਤੋਂ ਦੀ ਆ ਜਾਂਦੇ ਨੇ ਉਹ ਯਾਰ ਪਤਾ ਗੱਲ ਕੀ ਹੈ ਤਾਰ ਫੇਰਨੀ ਪਊ ਆਪਾਂ ਨੂੰ ਮੈਂ ਤਾਂ ਬਈ ਜਾੜਾ ਬਹੁਤ ਕਰ ਦੇਣਗੇ ਆਪਾਂ ਇਹ ਕਰਦੇ ਆ ਸਾਂਝੇ ਪੈਸੇ ਲਾ ਕੇ ਖੰਭੇ ਖੁੰਭੇ ਕੱਢ ਲੈਣੇ ਨਾਲੇ ਤਾਰਾਂ ਪਾ ਦਾਂਗੇ ਫੇਰ ਨਾ ਜਿਹੜੇ ਆ 20 ਕਿੱਲੇ ਦਿੱਤੇ ਹੋਏ ਨੇ ਆਪਣੇ ਗੁੰਸਾਲਾਂ ਨੂੰ ਉਹ ਛੱਡਣ ਗਏ ਤੇ ਉਹ ਛੱਡਣ ਨਹੀਂ ਦਿੰਦੇ ਹੈਗੇ 20 ਕਿੱਲੇ ਕਾਸ ਵਾਸਤੇ ਦਿੱਤੇ ਉਹ ਯਾਰ ਫਿਰ ਤਾਂ ਉਹੀ ਗੱਲ ਹੈ ਬਾਣੀ ਹੈ ਤਾਂ ਪਾ ਕੇ ਛੋਲਿਆਂ ਦੀ ਮੁੱਠੀ ਗਊ ਛੱਡੀ ਮਾਂ ਹੁੰਦੀ ਹੈ ਜੇ ਆਪਦੇ ਪਿਓ ਨੂੰ ਤਾਂ ਬੰਨ ਲਓ ਜਿਹੜੇ ਜਾੜਾ ਕਰਦੇ ਫਿਰਦੇ ਨੇ ਪਰ ਕਹਿੰਦੇ ਜ਼ਿਮੀਂਦਾਰ ਡਾਂਗਾ ਮਾਰਦੇ ਨੇ ਹੁਣ ਦੱਸ ਅਸੀਂ ਕੀ ਕਰੀਏ ਆਪਦਾ ਜਾੜਾ ਕਰਾਈ ਚੱਲੀਏ ਸੀ ਉਰੇ ਬਈ ਗੱਲ ਤਾਂ ਤੇਰੀ ਸਹੀ ਹੈ ਕੁੰਡਿਆ ਇਹ ਔਰ ਯਾਰ ਇਹਦਾ ਕੁਝ ਕਰਨਾ ਪਊ ਆਪਾਂ ਐ ਕਰਦੇ ਆ ਅੱਜ ਪਿੰਡ 'ਚ ਇਕੱਠ ਕਰ ਲੈਨੇ ਆ ਇੱਕ ਤਾਂ ਆਪਣੇ ਪਿੰਡ ਜਿਹੜੀਆਂ ਗਾਈਆਂ ਗੁਈਆਂ ਛੱਡ ਦਿੰਦੇ ਨੇ ਪਹਿਲਾਂ ਚੋ ਲੈਂਦੇ ਨੇ ਜਦੋਂ ਵਿਚਾਰੀ ਰਲਦੀ ਨਹੀਂ ਫਿਰ ਪਿੰਡ 'ਚ ਛੱਡ ਦਿੰਦੇ ਨੇ ਇਹਨਾਂ ਨਾਲ ਤਾਂ ਇਹਨਾਂ ਨੂੰ ਲਾਵਾਂਗੇ ਜੁਰਮਾਨਾ ਸਰਪੰਚ ਨਾਲ ਗੱਲ ਕਰ ਲੈਨੇ ਆਪਾਂ ਅੱਜ ਠੀਕ ਹੈ ਜਿਹੜੇ ਹੋਰੇ ਨੇ ਡੰਗਰ ਨਾਲ ਇਹਨਾਂ ਨੂੰ ਚਾੜ ਕੇ ਟਰਾਲੀ 'ਚ ਗਊਸ਼ਾਲਾ ਛੱਡਿਆ ਉਹਨੇ ਆਪਾਂ 20 ਕਿਲੇ ਦਿੱਤੇ ਨੇ ਚਰਾਂਦ ਨੂੰ ਆਪਣੇ ਗਊਸ਼ਾਲਾ ਨੂੰ ਹਾਂ ਸਹੀ ਗੱਲ ਹੈ ਕਾਦੇ ਵਾਸਤੇ ਦਿੱਤੇ ਨੂੰ ਇਸੇ ਵਾਸਤੇ ਨੇ ਹੁੰਦਾ ਗੱਲ ਤਾਂ ਸਹੀ ਹੈ ਤੇਰੀ ਹੋਰ ਬਾਈ ਯਾਰ ਚੱਲ ਮੈਂ ਜਾਣਾ ਯਾਰ ਫਿਰ ਰੇਰੂ ਜੀ ਪਾਉਣ ਲੱਗ ਰਿਹਾ ਕਿਸ਼ਤਾ ਰੇ ਹੋ ਗਈ ਪੂਰੀ ਰੇ ਹੋ ਗਈ ਬਸ ਅੱਜ ਲਾਸਟ ਪਾ ਦਿੱਤੀ ਤੀਜੀ ਰੇ ਤੀ ਅੱਛਾ ਵਧੀਆ ਕਣਕ ਹੋਰ ਆ ਚੋਲੀ ਘਟ ਹੈ ਅਸੀਂ ਵੀ ਪਾਉਣਾ ਲਾਸਟ ਰੇ ਸਾਡਾ ਚੋਲੀ ਲੈ ਕੇ ਜਾਣੀ ਹੈ ਕੋਈ ਨਹੀਂ ਲੈ ਜੀ ਲੈ ਅੱਧੇ ਘੰਟੇ ਤੱਕ ਆ ਜੀ ਬਸ ਪਾਤੀ ਹੁਣੀ ਰੇ ਤਾਂ ਠੀਕ ਹੈ ਹਾਂ ਠੀਕ ਹੈ ਜੇ ਆ ਗਏ ਨਾ ਇਧਰ ਹੀ ਮੋੜ ਦੀ ਡੰਗਰਾ ਠੀਕ ਹੈ ਠੀਕ ਹੈ ਹਾਂ ਚੰਗਾ ਨਾ ਮੇਰੇ ਸਾਲੇ ਨੇ ਡੰਗਰਾਂ ਨਹੀਂ ਲਹੂ ਪੀ ਰਖਿਆ ਗਿਆ ਹੁਣ ਮੈਨੂੰ ਤਾਂ ਲੱਗਦਾ ਹੁਣ ਰਾਤ ਨੂੰ ਵੀਰੇ ਰਾਖੀ ਕਰਨੀ ਪਿਆ ਕਰੂਗੀ ਤਾਇਆ ਹਾਂਜੀ ਜੇ ਰੱਬ ਧੁੱਪ ਕੱਢ ਲੈ ਆਪਾਂ ਸਪਰੇਅ ਕਰ ਦਈਏ ਸਪਰੇਅ ਕਰ ਦਈਏ ਫਿਰ ਕੱਢੇ ਤਾਂ ਸਪਰੇਅ ਤਾਂ ਬਥੇਰਾ ਜੀ ਕਰ ਠੰਡ ਤੋਂ ਡਰ ਲੱਗਦਾ ਸਪਰੇਅ ਕਰਨ ਵੇਲੇ ਉਹ ਪਾਤੀ ਤਾਂ ਰੇ ਹਾਂਜੀ ਪਾਤੀ ਜੀ ਇਹ ਚੱਲ ਵਧੀਆ ਝੱਟ ਮਾਰ ਲਈ ਤੁਸੀਂ ਨੇ ਕਿੱਧਰ ਗਿਆ ਦੀ ਉਹ ਮੈਂ ਤਾਂ ਬਾਈ ਖਾਗੜ ਮੋੜਨ ਗਿਆ ਦੀ ਯਾਰ ਉਧਰੋਂ ਪਰਲੇ ਕਿੱਲੇ 'ਚ ਵੜ ਰਹੇ ਤੇ ਉਹ ਤੇਰਾ ਕੀ ਖਾਂਦੇ ਨੇ ਉਹ ਖਾਂ ਤੇ ਗੇੜਾ ਦਾ ਮਾਰ ਕੇ ਜਾ ਕੇ ਤਾਂ ਦੇਖ ਜਿਵੇਂ ਸਲਾ ਰੀਪਰ ਲਾਇਆ ਹੁੰਦਾ ਨਾ ਐ ਜਮੀ ਥੱਲੇ ਲਾਤੀ ਕਣਕਾ ਉਹ ਜਿੰਨਾ ਉਹਨਾਂ ਰਲਿਆ ਹੋਇਆ ਖਾ ਜਾਣਗੇ ਉਹ ਫਿਰ ਬਾਈ ਉਂਗਲੀ ਲਿਆ ਕੇ ਛੱਡ ਦਿੰਨੇ ਆ ਉਰੇ ਕਾਹਨੂੰ ਗਊਸ਼ਾਲਾ ਚਾਰੇ ਭੁੱਖੇ ਮਰਦੇ ਨੂੰ ਛੱਡ ਦਿੰਨੇ ਲਿਆ ਕੇ ਜਾਂ ਤਰਸਾਉਂਦੇ ਉਹਨਾਂ ਤੇਰੀ ਪਰਜਾਈ ਆਈ ਉਹ ਪਰਜਾਈ ਤਾਂ ਆਜੂਗੀ ਢਿੱਲ ਮੱਠ ਹੋ ਗਈ ਹੋਣੀ ਕੋਈ ਪਰਜਾਈ ਨੂੰ ਮੜੀ ਮੁੱਟੀ ਕੀ ਗੱਲ ਕੁੰਡਿਆ ਤੈਨੂੰ ਬਾਹਲਾ ਹੋ ਜਾਂਦਾ ਪਰਜਾਈ ਦਾ ਉਹ ਨਾ ਨਾ ਤਾਇਆ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ ਕੁੰਡਿਆ ਇਹ ਤਾਂ ਮੇਰੀ ਸਾਰੀ ਉਮਰ ਲੰਘ ਗਈ ਤੂੰ ਪਰਜਾਈਆਂ ਦੇ ਹੇਸ ਚ ਨਾ ਹੈ ਇੱਥੇ ਕੋਈ ਸਾਖ ਸੁਕ ਨਹੀਂ ਕਰਾਂਦੀ ਮੇਰੀ ਐਂ ਉਮਰ ਲੰਘ ਗਈ ਮੈਂ ਪਾਣੀ ਭਰਦੇ ਹੀ ਮਰ ਗਿਆ ਉਹ ਨਾ ਨਾ ਤਾਇਆ ਫਿਰ ਕੀ ਹੋ ਗਿਆ ਸੀ ਹੈ ਤਾਂ ਗਿਆ 20 ਕਿੱਲੇ ਆਉਂਦੇ ਨੇ ਆਪਣਾ ਤਾਂ ਉਹੀ ਬਣ ਜਾਓ ਮੈਨੂੰ ਟੈਨਸ਼ਨ ਲਿਆ ਕਰ ਗੱਲ ਸੁਣੋ ਕੱਖ ਤਾਂ ਆਪਾਂ ਫੇਰ ਵੜ ਲਾਂਗੇ ਥੋੜਾ ਡੋਲਾ ਲਿਆਨੇ ਆ
ਉਹ ਕਾਨੂੰ ਬਾਈ ਯਾਰ ਤੂੰ ਹੋਰ ਗੱਲਾਂ ਮਾਰਨ ਲੱਗਾ ਹਰਾ ਵੱਢ ਲੈਣ ਚੰਗਾ ਇੰਨੇ ਭਰਜਾਈ ਆ ਜੂਗੀ ਨਾਲੇ ਆਇਆ ਤਾਇਆ ਉਹ ਤੈਨੂੰ ਕਿੰਨੇ ਵਾਰ ਤਾਂ ਕਿਹਾ ਤਾਇਆ ਆ ਜਾ ਕਰ ਤੂੰ ਰੋਟੀ ਰੋਟੀ ਨੂੰ ਪ੍ਰਵਾਹ ਨਾ ਕਰਿਆ ਕਰ ਫਿਰ ਕਿਉਂ ਕਹੇ ਰਿਸ਼ਤਾ ਨਹੀਂ ਹੋਇਆ ਰੋਟੀ ਆਈ ਹੋ ਨਹੀਂ भुखे मारते हल तक रोटी नहीं आई आ गई रोटी ले फट आज आज अज बाली लेट हो गई वे की करा अज जय खान का एक तो तेजाब जा बन गया भुखे मारन दी पता आप तेरे नाल आया जवाक तड़के दा खेत है मगरों मैं ना बथेरे लबे बथेरे पाले मैं कितने नहीं होगा कैप्सूल जिथे आए है ले फड़ा उरे और ले भाई तुसी खा लो मैं रोटी ऐ करदा नाले ता मैं नाले ता भरजाई नु दवाई दवा लेऊंगा मैं नाले घरे जाके खा लूंगा रोटी ओ खा ला ओ ना ना तुसी खाओ मैं ता घरे जाके खा लूंगा कोई गल नहीं तू एक ता खा लेंदा ना ना भाभी तैनू दवाई दवा लेऊंगा मैं देखता आ रोटी रोटी ता घरे पई आ नाले सच ओ बीबी ने आखा सी कहीं साग ले आई ओदी होई साग भाभी मैं कहना तू चार पांच दिन अजे ना बना पहला तू सात दिन साग खवाई की ताइयों तेरा तेजाब ज्यादा बन गया फिर हुण की कर गए हुण की बनाई गोभी लगी हुई है गोभी लै चलांगे चल फिर भाई ऐ करियो गोभी तोड़ लई आउंदे होए चंगा ताया तोड़ लेवांगे हां गोभी तोड़ दे नाले तनिया तुनिया लै चलियो आ चाह जी पिया दंगे कि ठहर के पिएगा असि पा लांगे आपे पा लेणगे भाभी तू चल मैं भी घरे जाना चल चल आ माड़ी नेड़े रख लग दे तत्ती रहूगी अच्छा तू और लेनी हो जे लेनी हुई गर्म कर लो नाले और ले फड़ मैनू दवाई ता की दवाउणी उत्तों तेरा बाई बोली जांदा परजाई क्यों गुस्सा करदी आ बाई ता उही बोली जांदा हैगा ना खागड़ा मिल ता बाई कहिंदा चर जण दे कहिंदा है फिर की हुंदा हैगा चल कोई नी झड परा तेन पता ता हैगा तेरे बाई दे सुभा दा अच्छा गल ना चक करदा बस चक के जे भाभी मैं ना एक गल करनी सी तेरे नाल की जे गुस्सा ना करे ले भला मैं अगे कदे गुस्सा कीता ना वो तो ठीक है भाभी मैं ना पुछदा तेन जो आप तेरे उथे ब्याह नहीं गए थे तेरे ताए के अच्छा सहुरे पिंड बाई दे पेके तेरे उथे एक जो आप आने वेले गली चो लंघे थी जेड़ा तेरा चाचा थी उन्होंने कुड़ी नहीं थी एक ब्याह च आ रही थी जेड़ी ने काला जिहा सूट पाया हुआ थी गागन गागन हां हां भाभी जे भाभी तू उहदा साक करा दे मैनू चाली किले ने साडे 20 किले मेरे दौर भाभी राज करूगी ਨਾਲੇ ਤੇਰਾ ਕੰਮ ਚ ਹੱਥ ਵਟਾਇਆ ਕਰੂਗੀ ਦੋਨੇ ਹੁਣ ਜੇ ਮੈਂ ਢਿੱਲ ਮੱਠ ਹੋ ਗਈ ਸੀ ਰੋਟੀ ਲੈ ਕੇ ਗਗਨ ਆ ਜਾਂਦੀ ਹੈ ਭਾਬੀ ਚੱਲ ਭਾਬੀ ਚੱਲ ਤੈਨੂੰ ਦਵਾਈ ਦਵਾਉਣਾ ਪਹਿਲਾਂ ਤਾਂ ਮੈਂ ਘਰੇ ਛੱਡ ਕੇ ਨਾ ਫਿਰ ਖੇਤ ਆ ਜਾਊਂਗਾ ਬਾਈ ਹੋਰ ਲਵੇ ਦੁਬਾਰੇ ਕੰਮ ਕੁੰਮ ਹੋਣਾ ਕੋਈ ਦੇਖ ਲਾ ਹਜੇ ਤੱਕ ਗੁੰਡੂ ਵੀ ਨਹੀਂ ਆਇਆ ਦਵਾਈ ਲੈ ਕੇ ਮੈਨੂੰ ਤਾਂ ਐਂ ਲੱਗਦਾ ਡਾਕਟਰ ਹੀ ਨਹੀਂ ਮਿਲਿਆ ਹੁਣ ਇਹ ਕਹਿੰਦਾ ਹਜੇ ਤੱਕ ਤੇਜ਼ਾਬ ਬਣਿਆ ਪਿਆ ਹੋਲ ਗੁੰਡੂ ਤੋਂ ਚੇਤਾ ਆਇਆ ਆ ਤਾਂ ਬੜਾ ਵਧੀਆ ਹੋ ਜੂਗਾ ਗਗਨ ਵਿਆਹ ਕੇ ਇੱਥੇ ਆ ਜੂਗੀ ਨਾਲੇ ਸਾਰੇ ਕੰਮ 'ਚ ਮੇਰਾ ਹੱਥ ਵਟਾ ਦਿਆ ਕਰੂਗੀ ਕਦੇ ਮੈਂ ਖੇਤ ਰੋਟੀ ਫੜਾਉਣ ਜਾਂਦੀ ਹਾਂ ਕਦੇ ਮੈਂ ਪਕਾਉਣੀ ਹਾਂ ਤੇ ਕਦੇ ਭਾਂਡਾ ਟੀਡਾ ਚੱਕਦੀ ਹਾਂ ਸਾਰਾ ਦਿਨ ਕੰਮ 'ਚ ਲੱਗੀ ਰਹਿੰਦੀ ਹਾਂ ਮੈਂ ਕਰਨਾ 10 ਰੁਪਏ ਕੋਲੇ ਲੈ ਪੁੱਤ ਤੁਸੀਂ 5-5 ਰੁਪਏ ਖਰਚਿਆ ਕਰੋ ਦੋਨੇ ਭਾਈ ਮੰਮੀ ਫੇਰ ਕੀ ਹੋ ਗਿਆ ਦੁਕਾਨਾਂ ਲੈ ਗਏ ਅਸੀਂ ਵੀ ਤੇਰੇ ਬਾਪ ਕੋਲ 40 ਕਿੱਲੇ ਨੇ ਉਹ ਤਾਂ ਨਾਲੇ ਐਂ ਵੀ ਕਹਿੰਦਾ ਸੀਗਾ ਵੀ ਤੁਸੀਂ ਤਾਂ 100-100 ਖਰਚਿਆ ਕਰੋ ਤੁਹਾਨੂੰ ਦੋਵਾਂ ਦਾ 100-100 ਰੁਪਏ ਚੱਲੇ ਚੱਲੇ ਬਰੋ ਲੱਗਦੇ 100-100 ਰੁਪਏ ਦੇਣਾ ਹੁਣ ਤਾਂ ਹਾਏ ਰੱਬਾ
ਵੈਸੇ ਕਿਹਾ ਤਾਂ ਦੁਕਾਨ ਵਾਲੇ ਨੇ ਵੀ ਸਹੀ ਆ। ਮੈਂ ਤਾਂ ਪਾਗਲ ਐ ਵੀ ਸੋਚੀ ਜਾਂਦੀ ਹਾਂ ਵੀ ਕੁੰਡੂ ਦਾ ਰਿਸ਼ਤਾ ਕਰਾ ਦਾ। ਪਾਗਲੇ, ਜੇ ਉਹਦਾ ਰਿਸ਼ਤਾ ਕਰਾ ਤਾਂ 20 ਕਿੱਲੇ ਤੇਰੇ ਹੱਥੋਂ ਵਗ ਜਾਣਗੇ। ਨਹੀਂ ਨਹੀਂ, ਮੈਂ ਇਹ ਨਹੀਂ ਹੋਣ ਦੇਣਾ, ਇਹ ਤਾਂ ਮੈਂ ਕਿਸੇ ਹਾਲਤ 'ਚ ਵੀ ਨਹੀਂ ਹੋਣ ਦੇਣਾ। 40 ਕਿੱਲੇ ਤਾਂ ਹੁਣ ਮੇਰੇ ਹੀ ਹੋਣਗੇ ਤੇ ਫਿਰ ਦੇਖੀ। ਬੱਬੂ ਦੇ ਮਨ ਅੰਦਰ ਹੁਣ 40 ਕਿੱਲਿਆਂ ਦਾ ਲਾਲਚ ਜਾਗ ਚੁੱਕਾ ਸੀ। ਕਰਮਾ ਤੇ ਕੁੰਡਾ ਦੋਨੋਂ ਭਰਾ ਸਾਫ਼ ਦਿਲ ਦੇ, ਆਪਣੀ ਮਾਂ ਦੀ ਸੇਵਾ ਕਰਦੇ ਨਾ ਥੱਕਦੇ। ਪਰ ਦੂਜੇ ਪਾਸੇ ਬੱਬੂ ਫੱਫੇ ਕੁੱਟਣੀ ਤੇਜ਼ ਤਰਾਰ ਤੇ ਲਾਲਚ ਕਿਸਮ ਦੀ ਜਨਾਨੀ। ਹੁਣ ਬੱਬੂ ਦਿਨ ਰਾਤ 40 ਕਿੱਲਿਆਂ ਦੀ ਇਕੱਲੇ ਮਾਲਕ ਬਣਨ ਦੇ ਸੁਪਨੇ ਦੇਖਦੀ। ਮਨ ਹੀ ਮਨ ਚੌਰਸ ਟੱਕਦੇ ਐਨ ਵਿਚਕਾਰ ਬੱਬੂ ਆਪਣੀ ਕੋਠੀ ਪਾਉਂਦੀ। ਆਪਣੇ ਖੇਤਾਂ ਵਿੱਚ ਖਿੜੀ ਹੋਈ ਫਸਲ ਦੇਖ ਕੇ ਉਹ ਬੜਾ ਹੀ ਖੁਸ਼ ਹੁੰਦੀ। ਹੁਣ ਉਹ ਆਪਣੇ ਆਪ ਨੂੰ ਕਿਸੇ ਮਹਾਰਾਣੀ ਤੋਂ ਘੱਟ ਨਹੀਂ ਸੀ ਸਮਝ ਰਹੀ। ਉਸਦੇ ਦਿਮਾਗ ਵਿੱਚ ਸੀ ਸਿਰਫ 40 ਕਿੱਲੇ। ਭਾਬੀ, ਉਹ ਭਾਬੀ, 40 ਕਿੱਲੇ 40 ਕਿੱਲੇ ਨਹੀਂ ਨਹੀਂ, ਮੈਂ ਤਾਂ ਨਾ ਤੇਰੇ ਵਿਆਹ ਵਾਲੀ ਸੋਚੀ ਜਾਂਦੀ ਸੀ। ਉਹ ਲੈ ਭਾਬੀ, ਗੋਲੀ ਆ ਤੂੰ ਤਾਂ ਇੰਨੀਆਂ ਖੁਸ਼ੀਆਂ ਮਨਾਉਗੀ। ਉਹ ਸੂਟ ਤਾਂ ਭਾਬੀ ਤੂੰ ਜਿਹੜਾ ਕਹੇਂਗੀ ਉਹ ਦਵਾ ਦਾਂਗੇ ਤੈਨੂੰ, ਬਸ ਗਗਨ ਦਾ ਕਿਹੜਾ ਰਿਸ਼ਤਾ ਲਿਆ। ਮੈਂ ਉਹੀ ਸੋਚਦੀ ਸੀ ਵੀ ਕਿਹੜੇ ਵੇਲੇ ਇੱਥੇ ਆਵੇ ਸਮਾਂ ਦੀ ਸਾਡੇ ਘਰ 'ਚ। ਭਾਬੀ, ਉਹ ਤਾਂ ਤੇਰੇ ਹੱਥ 'ਚ, ਜਦੋਂ ਤੂੰ ਲਿਆਏਂਗੀ ਉਹਦੀ ਆ ਜਾਊਗੀ। ਹੈਂ, ਆ ਭਾਬੀ ਆ ਦਵਾਈ ਲਿਆ ਮੈਂ ਤੇਰੇ ਵਾਸਤੇ, ਡਾਕਟਰ ਨੇ ਕਹਿਤਾ ਆਹ ਪੀ ਲਈ ਤੇਜ਼ਾਬ ਬਣਦਾ ਨਾ ਤੈਨੂੰ। ਹਾਂ, ਇੱਕ ਤਾਂ ਹੁਣ ਲੈ ਲਈ ਇਹਦਾ ਚਮਚਾ, ਬਾਕੀ ਆ ਦਵਾਈ ਦਿੱਤੀ ਹੈ, ਕੈਪਸੂਲ ਦਿੱਤੇ, ਇੱਕ ਤਾਂ ਨਿਰਣੇ ਕਾਲ ਜੇ ਖਾਣਾ ਹੈਗਾ। ਠੀਕ ਆ, ਠੀਕ ਹੈ, ਇੱਕ ਆ ਹੈ ਦਵਾਈ, ਇਹਦੇ 'ਚ ਬਸ ਇਹ 2 ਟਾਈਮ ਖਾਣੀ ਹੈ ਤੇ। ਠੀਕ ਆ, ਠੀਕ ਆ, ਆਏ ਕਰ ਇਹਦੇ 'ਚ ਹੀ ਪਾ ਦੇ, ਨਿਆਣਿਆਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਹੱਥ ਪਰੇਲਾ ਮਾਰ ਲੈਣ। ਨਾਲੇ ਭਾਬੀ ਤੂੰ ਕਰ ਲਈ ਗੱਲ ਤੇਰੇ ਚਾਚੇ ਨਾਲ, ਹੁਣ ਉਹ ਸੁਪਨੇ ਦੇਖੀ ਜਾਂਦੀ। ਚੱਲ ਚੰਗਾ, ਮੈਂ ਫਿਰ ਖੇਤ ਜਾਇਆ ਮਾ, ਬਾਈ ਹੋਰੀ ਆਏ ਨਹੀਂ ਹਜੇ, ਆਏ ਨਹੀਂ, ਬਸ ਸਪਰੇਅ ਕਰ ਦੀ ਧੁੱਪ ਕੱਢ ਲਈ ਨਾ ਰੱਬ ਨੇ ਅੱਜ। ਚੰਗਾ, ਨਾਲੇ ਨਮੇੜ ਦਾਂਗੇ। ਚੰਗਾ ਭਾਬੀ, ਨਾਲੇ ਭਾਬੀ ਗੱਲ ਕਰ ਲਈ ਤੇਰੇ ਚਾਚੇ ਨਾਲ, ਉਹ ਕਿਤੇ ਤਾਏ ਬੱਲੇ ਦੀ ਗੱਲ ਸੱਚੀ ਹੋ ਜੇ। ਨਹੀਂ ਨਹੀਂ, ਮੈਂ ਤਾਂ ਤੇਰੇ ਕਹਿਣ ਤੋਂ ਪਹਿਲਾਂ ਹੀ ਤਿਆਰ ਆ ਵੀ ਛੇਤੀ ਛੇਤੀ ਤੇਰਾ ਵਿਆਹ ਕਰਦੇ ਆ। ਉਹ ਮੈਂ ਤਾਂ ਆਪ ਭਾਬੀ, ਤੂੰ ਬਸ ਕਰ ਲੈ ਗੱਲ। ਚੰਗਾ ਚੰਗਾ। ਹਾਏ ਰੱਬਾ, ਕਿਤੇ ਆਏ ਨਾ ਹੋਵੇ ਚਾਚਾ ਸਿੱਧਾ ਇਹਨਾਂ ਨਾਲ ਗੱਲ ਕਰ ਲੇ, ਉਹ ਤਾਂ ਪਹਿਲਾਂ ਹੀ ਤਿਆਰ ਆਪਦੀ ਕੁੜੀ ਦਾ ਰਿਸ਼ਤਾ ਇੱਥੇ ਕਰਨ ਨੂੰ। ਚੱਲ ਚੰਗਾ ਚਾਚਾ ਜੀ, ਮੈਂ ਚੱਲਦੀ ਆ ਹੁਣ। ਜਾਣੇ ਹੋ ਬਾਈ ਤੁਸੀਂ ਲਾਹੌਰ? ਫਿਰ ਤੁਹਾਨੂੰ ਪਤਾ ਨਿੱਕੇ ਨਿਆਣੇ ਘਰੇ ਨੇ, ਰਹਿ ਜਾਂਦੇ ਬਾਈ ਸਵੇਰੇ ਬਾਈ ਜੀ, ਸ਼ਾਮ ਹੋ ਰਹੀ ਆ ਹੁਣ। ਉਹ ਕਿੱਥੇ ਚਾਚਾ ਜੀ, ਘਰੇ ਕੰਮ ਦਾ ਹੀ ਬੜਾ ਔਖਾਗਾ। ਅੱਛਾ, ਰਹਿੰਦੇ ਨੀ ਤੁਸੀਂ ਅੱਜ ਫਿਰ? ਨਾ ਨਾ, ਜੇ ਬਾਈ ਤੁਸੀਂ ਆਪਣੀ ਭੈਣ ਗਗਨ ਦਾ ਰਿਸ਼ਤਾ ਆਪਦੇ ਦਿਓਰ ਨੂੰ ਲੈ ਜਾਓ, ਕਿੰਨਾ ਚੰਗਾ ਹੋਊਗਾ, ਠੀਕ ਨੀ ਲੱਗੂਗਾ? ਇਹ ਤਾਂ ਗੱਲ ਤਾਂ ਜਮਾ ਸਹੀ ਆ ਤੁਹਾਡੀ ਚਾਚਾ ਜੀ। ਚੱਲ ਕੋਈ ਗੱਲ ਨੀ, ਮੈਂ ਅੱਜ ਹੀ ਜਾ ਕੇ ਇਹਨਾਂ ਨਾਲ ਗੱਲ ਕਰਦੀ ਆ। ਹਾਂ, ਗੱਲ ਕਰੋ ਬਾਈ ਤੁਸੀਂ। ਹਾਂ, ਫਿਰ ਜਿਵੇਂ ਵੀ ਉਹ ਕਹਿਣਗੇ ਮੈਂ ਤੁਹਾਨੂੰ ਦੱਸ ਦੂੰਗੀ। ਹਾਂ ਠੀਕ ਹੈ, ਤੁਸੀਂ ਦੱਸ ਦਿਓ, ਸਾਨੂੰ ਕਾਲ ਕਰ ਦਿਓ। ਕੋਈ ਨੀ, ਕੋਈ, ਚੱਲ ਚੰਗਾ ਚਾਚਾ ਜੀ, ਮੈਂ ਚੱਲਦੀ ਆ। ਠੀਕ ਹੈ ਬਾਈ, ਚੰਗਾ ਚੰਗਾ ਬਾਈ, ਠੀਕ ਹੈ ਬਾਈ। ਮੈਂ ਇਹ ਨਹੀਂ ਹੋਣ ਦੇਣਾ, ਇਹ ਮੈਂ ਕਦੇ ਨਹੀਂ ਹੋਣ ਦੇਣਾ। ਗਗਨ ਤੇ ਕੁੰਡੇ ਦਾ ਰਿਸ਼ਤਾ ਹੁੰਦਾ ਵੇਖ ਬੱਬੋ ਨੂੰ 40 ਕਿੱਲਿਆਂ ਵਿਚਕਾਰ ਵੱਟ ਪੈਂਦੀ ਦੀ ਸੀ। ਉਸ ਤੋਂ ਗਾਹਾਂ ਫਿਰ 2 ਟੁਕੜੇ 20 ਕਿੱਲਿਆਂ ਦੇ। ਉਹ ਸੋਚੀ ਪੈ ਗਈ ਕਿ ਅੱਧੀ ਜ਼ਮੀਨ ਤਾਂ ਪਹੀ ਖਾਲਿਆਂ ਵਿੱਚ ਹੀ ਰੁਲਜੂ, ਕੋਠੀ ਕੀ ਚੱਜ ਦਾ ਘਰ ਵੀ ਨਹੀਂ ਪੈਣਾ। ਹੁਣ ਉਸਦੇ ਮਕਸਦ ਵਿੱਚ ਸਭ ਤੋਂ ਵੱਡਾ ਰੋੜਾ ਕੁੰਡਾ ਸੀ। ਸਮਾਂ ਆਪਣੀ ਤੋਰ ਤੁਰਦਾ ਗਿਆ, ਮਾਂ ਵੀ ਇੱਕ ਦਿਨ ਚੱਲ ਵਸੀ, ਦੋਨੋਂ ਭਰਾ ਬਹੁਤ ਜ਼ਿਆਦਾ ਰੋਏ। ਇੱਕ ਮਾਂ ਹੀ ਤਾਂ ਸੀ ਉਹਨਾਂ ਕੋਲ, ਮਾਂ ਕੋਲ ਸਾਰਾ ਦਿਨ ਬੱਚੇ ਬਣੇ ਰਹਿੰਦੇ ਸੀ ਦੋਨੋਂ ਭਰਾ। ਮਾਂ ਦੇ ਹੁੰਦਿਆਂ ਕਦੇ ਭੋਰਾ ਫਿਕਰ ਨਹੀਂ ਸੀ ਕਾਸੇ ਦਾ, ਪਰ ਜੋ ਆਇਆ ਹੈ ਉਸਨੇ ਜਾਣਾ ਹੈ ਇੱਕ ਦਿਨ। ਦੂਜੇ ਪਾਸੇ ਬੱਬੂ ਨੂੰ ਸੱਸ ਦੇ ਮਰਨ ਦਾ ਨਾ ਤਾਂ ਕੋਈ ਬਹੁਤਾ ਦੁੱਖ ਸੀ ਨਾ ਫਿਕਰ, ਉਹਨੂੰ ਫਿਕਰ ਸੀ ਤਾਂ ਸਿਰਫ ਭੋਗ ਦਾ, ਕਿਉਂਕਿ ਭੋਗ 'ਤੇ ਚਾਚੇ ਹੋਰਾਂ ਨੇ ਆਉਣਾ ਸੀ। ਉਹ ਸੋਚ ਰਹੀ ਸੀ ਕਿਤੇ ਸਾਰੀਆਂ ਧਰੀਆਂ ਧਰਾਈਆਂ ਨਾ ਰਹਿ ਜਾਣ। ਕੁੰਡੇ ਦੇ ਰਿਸ਼ਤੇ ਦੇ ਡਰ ਤੋਂ ਉਸਨੇ ਚਾਚੇ ਨੂੰ ਫੋਨ ਕਰਕੇ ਇਹ ਆਖ ਦਿੱਤਾ ਕਿ ਕੁਆਰੀਆਂ ਕੁੜੀਆਂ ਭੋਗ 'ਤੇ ਨਹੀਂ ਆਉਂਦੀਆਂ ਹੁੰਦੀਆਂ। ਗੱਲੀ ਬਾਤੀ ਬਥੇਰੇ ਵਾਰ ਕੁੰਡੇ ਨੂੰ ਉਹਨਾਂ ਕੋਲ ਨਿੰਦ ਭੰਡ ਵੀ ਚੁੱਕੀ ਸੀ ਬੱਬੂ।
लगभग 6 महीने गुजर गए सन। हुण बब्बू बार बार आने बहाने कुंडे कोल जा खड़दी। बब्बू ने पूरा जोर लाया कि किसी भी तरह वह कुंडे नूं वस कर लवे, ना कुंडे नूं व्याह करवाउण दी लोड़ पवे, ना कुंडे दे जवाक होण। सोचदी सी नाले सप मरजू, नाले सुट्टी भी नहीं टुटनी। बब्बू दुश्मन नूं गुड़ नाल ही मारना चाहुंदी सी। इस घाट दे चलदियां बब्बू ने बहुत हथ कंडे बनाए, पर उसकी कोई पेश नहीं चली। कदे गगन नूं मिलाउण दा लालच दिंदी, कुंडे नूं बहुत इशारे दित्ते, सारियां हत्तां टप्पण दियां कोशिशां कीतियां, पर कुंडे ने कोई लड़ नहीं फड़ाया। सगों कई वार बब्बू दियां हरकतां ते गर्म हो जांदा। भाभी मैं पी लूं आपे, कोई गल नहीं। ले ते जे मैं पानी पिया दूंगी फिर की हो जूगा? ना ना भाभी, चंगा नहीं लगदा है। ले चंगा क्यों नहीं लगदा है? कमला होर पी ना पानी। भाभी जेड़ा तेनूं काम किया ओहदा तूं करदी नहीं, तूं होर क्यों पुठे सिद्धे जे काम करी जांदी है? भाभी केड़ा काम किया? ਤੈਨੂੰ ਕਿਹਾ ਭਾਬੀ ਵੀ ਰਿਸ਼ਤਾ ਕਰਾ ਦੇ ਗਗਨ ਦਾ। ਕਮਲਿਆ ਜਦੋਂ ਰੋਟੀ ਪਕਾਉਣ ਨੂੰ ਮੈਂ ਆ ਤੇ ਰੋਟੀ ਖਵਾਉਣ ਨੂੰ ਮੈਂ ਆ, ਹਜੇ ਤੇਰੀ ਭਲਾ ਵਿਆਹ ਨਹੀਂ ਹੋਣਾ, ਕੀ ਗੱਲਾਂ ਕਰ ਲੈਣੀ? ਰੋਟੀ ਖਾ। ਉਹ ਨਾ ਭਾਬੀ, ਭਾਬੀ ਮੈਂ ਤੈਨੂੰ ਮਾਂ ਵਾਂਗੂ ਸਮਝਦਾ, ਤੂੰ ਇਹ ਹਰਕਤਾਂ ਨਾ ਕਰ ਮੇਰੇ ਨਾਲ, ਠੀਕ ਹੈ ਨਾ? ਕਮਲਿਆ ਸਿਆਣੀਆਂ ਗੱਲਾਂ ਕਰੀਦੀ, ਵਿਆਹਣਿਆਂ ਨਹੀਂ ਕਰੀਦੀ। ਜਾ ਭਾਬੀ ਜਾ ਕੇ ਰੋਟੀ ਲਾ ਲੈ, ਕੰਮ ਕਰ ਲੈ। ਤੂੰ ਕਿੰਨਾ ਟਾਈਮ ਪਾਸੇ ਹੋਏਗਾ ਬੋਲ ਨਾ। ਮੈਂ ਨਹੀਂ ਖਾਣੀ ਭਾਬੀ ਰੋਟੀ, ਬਸ। ਕਿੰਨਾ ਕੁ ਟਾਈਮ ਭੱਜੇਗਾ? ਆਖਰ ਤਾਂ ਪਾਣੀ ਪੁਲ ਥੱਲੇ ਨਹੀਂ ਲੰਘਣਾ। ਕੋਈ ਗੱਲ ਨਹੀਂ, ਰੋਟੀ ਤਾਂ ਤੈਨੂੰ ਮੇਰੇ ਹੱਥਾਂ ਦੀ ਪੱਕੀ ਉਹ ਖਾਣੀ ਪੈਣੀ ਹੈ। ਭੱਜ ਲੈ ਪੁੱਤ, ਭੱਜ ਲੈ। ਚਾਲੀ ਕਿੱਲਿਆਂ ਦੇ ਲਾਲਚ ਅੱਗੇ ਬੱਬੂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਕਾਤੋਂ ਕੱਲਾ ਔਖਾ ਹੋਈ ਹੈ ਨਾ, ਮੈਂ ਹੈਗੀ ਹੈ ਨਾ ਤੇਰੇ ਨਾਲ ਕੰਮ ਕਰਾਉਣ ਵਾਸਤੇ। ਭਾਬੀ ਮੈਂ ਤੈਨੂੰ ਕਿੰਨੇ ਵਾਰੀ ਕਹਿਤਾ, ਤੂੰ ਤੂੰ ਸੋਚ ਕੀ ਰਹੀ ਹੈ ਭਾਬੀ ਮੇਰੇ ਬਾਰੇ? ਕੀ ਸੋਚ ਰਹੀ ਹੈ? ਹੱਥ ਛੱਡ ਭਾਬੀ ਪਹਿਲਾਂ ਤਾਂ ਮੇਰਾ। ਭਾਬੀ ਤੂੰ ਚੰਗੀ ਨਹੀਂ ਲੱਗਦੀ, ਮੈਂ ਤੇਰੇ ਜਵਾਕਾਂ ਵਰਗਾ, ਮੈਂ ਤੈਨੂੰ ਮਾਂ ਸਮਝਦਾ, ਨਾਲੇ ਜੇ ਬਾਈ ਨੂੰ ਪਤਾ ਲੱਗ ਗਿਆ ਕੀ ਹੋਊਗਾ ਫਿਰ? ਕੀ ਹੋਊਗਾ, ਕੁਛ ਵੀ ਨਹੀਂ ਹੋਣਾ। ਚਲਾ ਜਾ। ਕਿੰਨਾ ਕੁ ਟਾਈਮ, ਕਿੰਨਾ ਕੁ ਟਾਈਮ, ਆਖਰ ਤਾਂ ਮੇਰੇ ਹੱਥ ਹੀ ਆਏਗਾ। ਆਖਿਰ ਇੱਕ ਦਿਨ ਉਹੀ ਹੋਇਆ ਜਿਸਦਾ ਬੱਬੂ ਨੂੰ ਡਰ ਸੀ। ਬੱਬੂ ਦਾ ਚਾਚਾ ਖੁਦ ਹੀ ਰਿਸ਼ਤਾ ਲੈ ਕੇ ਕੁੰਡੇ ਦੇ ਪੱਲੇ ਵਿਆਹ ਪਾਉਣ ਆ ਗਿਆ। ਇਹ ਕੋਈ ਚਮਤਕਾਰ ਸੀ ਜਾਂ ਕੁੰਡੇ ਦੀ ਕੋਈ ਵਿਉਂਤਬੰਦੀ, ਰੱਬ ਹੀ ਜਾਣੇ। ਇਹ ਸਭ ਕੁਝ ਵੇਖ ਕੇ ਬੱਬੂ ਅੰਦਰੋਂ ਅੰਦਰੀ ਟੁੱਟ ਚੁੱਕੀ ਸੀ। ਸਭ ਕੁਝ ਉਹਦੇ ਹੱਥੋਂ ਖੁੱਸ ਗਿਆ ਸੀ, ਦਿਲ ਦੀਆਂ ਦਿਲ 'ਚ ਰਹਿ ਗਈਆਂ ਸਨ। ਸਾਰੇ ਦੋਸਤ ਮਿੱਤਰ ਕੁੰਡੇ ਨੂੰ ਵਧਾਈਆਂ ਦੇ ਰਹੇ ਸਨ। ਕੁੰਡਾ ਵੀ ਬੜਾ ਖੁਸ਼ ਸੀ। ਉਸਨੂੰ ਇੰਝ ਲੱਗ ਰਿਹਾ ਸੀ ਜਿਵੇਂ ਉਸਨੂੰ ਆਪਣੀ ਗਵਾਚੀ ਹੋਈ ਦੁਨੀਆ ਵਾਪਸ ਮਿਲ ਗਈ ਹੋਵੇ। ਉਹ ਆਪਣੇ ਖਿਆਲਾਂ ਵਿੱਚ ਗਗਨ ਨੂੰ ਯਾਦ ਕਰ ਰਿਹਾ ਸੀ। ਜਿਸ ਮਾਂ ਤੋਂ ਪਾਰ ਦੀ ਗੱਲ ਹੈ, ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਕਰਤਾ ਦਿਲ ਤੇਰੇ ਨਾਵੇਂ ਸੱਜਣਾ ਐਤਬਾਰ ਦੀ ਗੱਲ ਹੈ, ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਹੈ। ਜਿਸ ਮਾਂ ਤੋਂ ਪਾਰ ਦੀ ਗੱਲ ਹੈ, ਜਿਹੜੀ ਸਾਡੇ ਪਿਆਰ ਦੀ ਗੱਲ ਹੈ, ਜਿਸ ਮਾਂ ਤੋਂ ਪਾਰ ਦੀ ਗੱਲ ਹੈ, ਜਿਹੜੀ ਸਾਡੇ ਪਿਆਰ ਦੀ ਗੱਲ ਹੈ। ਦੇਖੀ ਆਹ ਕੰਮ ਤਾਂ ਵਧੀਆ ਹੋ ਗਿਆ ਕੁੰਡੂ ਵਾਲਾ।
हुण हो गया ना, शगन पै गया ना, हुण आए कर चुप करके कोई ना कोई काम कर ला, लड़ी ना पाई रखो इसे गल दी, देरा हो गया। ओई मच्ची आनी है जा, मैं तां बाहर जा के आना। जा भाग जा, भाग जा, भाग जा। जय खण दो ही काम हो गया जी, तो मैं डरती सीगी, बथेरा मैं टालिया पर किथे टलिया कोई। बई कख पाते डंगर, बई किधर वगे भाभी? कख पाउणी गया गा। अच्छा होर ਇਹਦਾ ਮੈਨੂੰ ਪਤਾ ਹੈ ਭਾਬੀ, ਤਾਂ ਹੀ ਬੁਲਾਇਆ ਹੋਣਾ ਚਾਚੇ ਨੂੰ ਆਪਦੇ ਨੂੰ, ਹਨਾ? ਤੈਨੂੰ ਯਾਦ ਆ ਖੇਤ ਤੋਂ ਮੈਨੂੰ ਕਿਹਾ ਸੀ ਭਾਬੀ ਮੈਂ ਰਿਸ਼ਤੇ ਦੀ ਗੱਲ ਕਰ ਲਗਾ ਗਨ ਲਈ। ਹਾਂ ਭਾਬੀ, ਤੇ ਮੈਂ ਤਾਂ ਉਹਦੀ ਗੱਲ ਕਰ ਲਈ ਸੀ, ਤੇ ਨਾਲੇ ਤੇਰੀ ਖੁਸ਼ੀ ਚ ਮੇਰੀ ਖੁਸ਼ੀ। ਇਹ ਤਾਂ ਗੱਲ ਹੈਗੀ ਹੈ ਭਾਬੀ, ਮੈਨੂੰ ਪਤਾ ਸੀ ਮਹਾਂ ਜੇ ਕੰਮ ਸਿਰੇ ਚਾੜੋਗੀ ਮੇਰੀ ਭਾਬੀ ਉਹ ਚਾੜੋਗੀ। ਸਹੀ ਕਿਹਾ ਤੂੰ। ਹਾਂ ਚੱਲ ਭਾਬੀ, ਫਿਰ ਮੈਂ ਯਾਰਾਂ ਦੋਸਤਾਂ ਕੋਲੇ ਜਾਇਆ ਵਾਂ, ਪਤਾ ਲੱਗ ਗਿਆ ਹੋਣਾ ਸਾਰਿਆਂ ਨੂੰ, ਫਿਰ ਕਹਿਣਗੇ ਸਾਨੂੰ ਖਵਾਇਆ ਪਿਆ ਹੀ ਨਹੀਂ ਹੈਗਾ। ਆਹੋ ਭਾਈ, ਮੂੰਹ ਮਿੱਠਾ ਕਰਾਉਣਾ ਵੀ ਜ਼ਰੂਰੀ ਹੈ। ਹਾਂ ਭਾਬੀ, ਜਾ ਜਾਇਆ ਜਾਇਆ। ਜੇ ਬਾਈ ਨੇ ਪੁੱਛਿਆ ਤਾਂ ਕਹਿੰਦੀ ਦਲਵਿੰਦਰ ਜਾ ਰਿਹਾ ਸੀ। ਚੰਗਾ, ਦੇਖ ਤਾਂ ਸਹੀ ਕਿਵੇਂ ਖੁਸ਼ ਹੋਇਆ ਫਿਰਦਾ, ਪਰ ਤੈਨੂੰ ਇਹ ਨਹੀਂ ਪਤਾ ਕਿ ਭਾਬੀ ਦੇ ਅੰਦਰ ਤਾਂ ਭਾਂਬੜ ਬੜੇ ਪਏ ਨੇ, ਭਾਂਬੜ। ਉੱਤੋਂ ਰਹਿੰਦਾ ਹੁੰਦਾ ਚਾਚਾ, ਵਿਆਹ ਵੀ ਅਗਲੇ ਮਹੀਨੇ ਕਹਿ ਗਿਆ, ਅਗਲੇ ਮਹੀਨੇ ਵਿਆਹ ਕਰਾਂਗੇ, ਛੇਤੀ ਕਰਾਂਗੇ। ਸਾਰਾ ਕਸਮ ਮੈਨੂੰ ਲੱਗਦਾ ਹੱਥੋਂ ਜਾਓ ਮੇਰੇ, ਐਂ ਨਹੀਂ ਸਰਨਾ, ਕੁਛ ਨਾ ਕੁਛ ਤਾਂ ਕਰਨਾ ਪੈਣਾ। ਬੱਬੂ ਨੂੰ ਹੁਣ ਆਪਣੇ ਅੰਦਰੋਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ, ਨਹੀਂ ਨਹੀਂ, ਮੈਂ ਹਾਰ ਨਹੀਂ ਸਕਦੀ, 40 ਕਿੱਲਿਆਂ 'ਤੇ ਮੇਰਾ ਹੱਕ ਹੈ, ਹੁਣ ਕੁੰਡੇ ਨੂੰ ਮਰਨਾ ਪਊਗਾ, ਮੇਰਾ ਕੁਛ ਨਹੀਂ ਲੱਗਦਾ, ਉਹ ਜਿਹੜਾ ਮੇਰਾ ਨਹੀਂ ਹੋਇਆ ਉਹ ਕਿਸੇ ਦਾ ਕਿਵੇਂ ਹੋਜੂ। ਆਖੀਰ ਉਸਨੇ ਕੁੰਡੇ ਨੂੰ ਮਾਰਨ ਦਾ ਫੈਸਲਾ ਕੀਤਾ। ਉਹ ਰਾਤ ਮੂੰਹ ਹਨੇਰੇ ਕੁੰਡੇ ਨੂੰ ਮਾਰਨ ਲਈ ਬਾਗਲ ਦੇ ਵਿੱਚ ਚਲੀ ਗਈ। ਬੱਬੂ ਨੂੰ ਹੁਣ 40 ਕਿੱਲਿਆਂ ਵਿਚਕਾਰ ਸਿਰਫ ਕੁੰਡਾ ਦਿਖਾਈ ਦੇ ਰਿਹਾ ਸੀ, ਜਿਸ ਨੂੰ ਉਹ ਖਾਤਮ ਕਰ ਦੇਣਾ ਚਾਹੁੰਦੀ ਸੀ। ਤੈਨੂੰ ਸਮਝਾਇਆ ਸੀ ਨਾ, ਤੈਨੂੰ ਬੜਾ ਸਮਝਾਇਆ ਸੀ ਵੀ ਮੇਰੇ ਤੋਂ ਬਾਜ ਆ ਜਾ, ਮੇਰੇ ਤੋਂ ਬਾਜ, ਪਰ ਤੂੰ ਮੇਰੀ ਗੱਲ 'ਤੇ ਅਸਰ ਨਹੀਂ ਨਾ ਕੀਤਾ। ਕੁੰਡੇ ਦਾ ਕਤਲ ਕਰਕੇ ਬੱਬੂ ਨੂੰ ਇੰਝ ਲੱਗਾ ਜਿਵੇਂ ਉਸਨੇ ਫਿਰ ਤੋਂ ਹਾਰੀ ਹੋਈ ਜੰਗ ਜਿੱਤ ਲਈ ਹੋ। ਜੀਲਾ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਇਆ, ਮੈਨੂੰ ਗੇਟ ਦੇ ਵਿੱਚ ਬਰਾੜ ਨਿਵਾਸ, ਨਹੀਂ ਨਹੀਂ, ਕੁੰਡੋ ਨਵਾਸ ਲਿਖਾ ਦੇਵੇ ਮਾਇਆ, ਮੈਨੂੰ ਝੀਲਾਂ ਕੋਲ, ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਇਆ। ਭਾਬੀ ਆਵਾਜ਼, ਨਹੀਂ ਨਹੀਂ, ਹੁਣ ਤਾਂ ਆਵਾਜ਼ ਦਾ ਵੀ ਵਹਿਮ ਆ। ਦੇਖੀ ਸਹੀ, ਹੁਣ ਤਾਂ ਮੈਂ ਗੇਟ ਦੇ ਵਿੱਚ ਨਾ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਾ ਦੇਣਾ, ਕੁੰਡੂ ਨਵਾਸ, ਮਜ਼ਾ ਹੀ ਆਜੂਗਾ। ਲੈ ਭਾਬੀ, ਤੈਨੂੰ ਤਾਂ ਸੁਣਦਾ ਵੀ ਨਹੀਂ ਹੈਗਾ, ਉਰੇ ਬੈਠੀ ਗਾਣੇ ਗਾਈਆਂ ਨੇ, ਐਡੀ ਕਾਹਦੀ ਖੁਸ਼ੀ ਚੜ ਰਹੀ ਹੈ ਤੈਨੂੰ? ਕੁੰਡੋ ਤੂੰ? ਓ ਹਾਂ ਭਾਬੀ, ਮੈਂ ਹੀ ਆ, ਕਿਹੜੇ ਸੁਪਨੇ 'ਚ ਖੋ ਰਹੀ ਹੈ ਤੂੰ? ਤੂੰ ਕਿੱਥੋਂ ਆਇਆ? ਭਾਬੀ ਮੈਂ ਤਾਂ ਖੇਤੋਂ ਆਇਆ, ਹੋਰ ਦੱਸ ਮੈਂ ਕਿੱਥੋਂ ਆਣਾ? ਤੇ ਤੇਰਾ ਬਾਈ? ਬਾਈ ਤਾਂ ਭਾਬੀ ਰਾਤ ਮੇਰੇ ਕੋਲੇ ਆਈ ਸੀ, ਕਹਿੰਦਾ ਠੀਕ ਜਿਹਾ ਨਹੀਂ ਹੈਗਾ, ਮੈਂ ਖੇਤ ਕਣਕ ਕਰਵਾਉਣ ਵਗ ਗਿਆ। ਕੀ ਗੱਲ ਬਾਈ, ਉੱਠੇ ਨਹੀਂ ਅਜੇ ਤੱਕ? 40 ਕਿੱਲੇ ਕੀ ਹੋ ਗਿਆ ਭਾਬੀ? ਬੱਬੂ ਦੇ 40 ਕਿੱਲਿਆਂ ਦੇ ਲਾਲਚ ਨੇ ਉਸਦਾ ਆਪਣਾ ਹੀ ਘਰ ਪੱਟ ਦਿੱਤਾ ਸੀ। 40 ਕਿੱਲਿਆਂ ਦੇ ਲਾਲਚ ਵਿੱਚ ਅੰਨੀ ਹੋਈ ਬੱਬੂ ਨੂੰ ਇਹ ਵੀ ਨਾ ਪਤਾ ਲੱਗਿਆ ਕਿ ਜਿਸ ਨੂੰ ਉਹ ਮਾਰ ਰਹੀ ਸੀ ਉਹ ਉਸਦੇ ਘਰ ਵਾਲਾ ਕਰਮਾ ਸੀ। ਉਹ ਸਿਆਣੇ ਕਹਿੰਦੇ ਨੇ ਨਾ ਕਿ ਜੇ ਕਿਸੇ ਲਈ ਟੋਆ ਪੱਟੋਂਗੇ
ਤਾਂ ਉਸ ਵਿੱਚ ਪਹਿਲਾਂ ਖੁਦ ਗਿਰੋਂਗੇ। ਲਾਲਚ ਦਾ ਅੰਤ ਬੁਰਾ ਹੀ ਹੁੰਦਾ, ਜੋ ਕਿ ਬੱਬੂ ਨੂੰ ਆਪਣੇ ਘਰ ਵਾਲੇ ਦੀ ਜਾਨ ਗਵਾ ਕੇ ਭੁਗਤਣਾ ਪਿਆ। ਕਦੇ ਵੀ ਲਾਲਚ ਵਿੱਚ ਇੰਨੇ ਅੰਨੇ ਨਾ ਹੋਵੋ ਕਿ ਤੁਸੀਂ ਆਪਣਾ ਚੰਗਾ ਮਾੜਾ ਸਭ ਕੁਝ ਭੁੱਲ ਜਾਓ। ਜੇ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ।